1 ਚਮਚ ਤੁਸੀਂ ਇਸ ਦਵਾਈ ਦਾ ਗਰਮ ਦੁੱਧ ਦੇ ਨਾਲ 20 ਦਿਨ ਲਗਾਤਾਰ ਰਾਤ ਨੂੰ ਸੇਵਨ ਕਰੋ ਯਕੀਨ ਮੰਨਿਓ ਜਿੰਨੀਆਂ ਵੀ ਰੀਡ ਦੀ ਹੱਡੀ ਦੀਆਂ ਪ੍ਰੋਬਲਮ ਨੇ ਡਿਸਕ ਡਿਸਪਲੇਸਮੈਂਟ ਹੈ ਮਨਕਿਆਂ ਦੇ ਵਿੱਚ ਗੈਪ ਹੈ ਸਾਈਟਿਕਾ ਪੇਨ ਹੈ ਸਰਵਾਈਕਲ ਪੇਨ ਹੈ ਜਾਂ ਤੁਹਾਡੀ ਬਾਹ ਦੇ ਵਿੱਚ ਦਰਦ ਜਾਂਦਾ ਜਾਂ ਤੁਹਾਡੀ ਲੱਤ ਦੇ ਵਿੱਚ ਦਰਦ ਜਾਂਦਾ ਜਾਂ ਤੁਹਾਡਾ ਕੋਈ ਅੰਗ ਸੌਂਦਾ ਉਂਗਲਾਂ ਸੌਂਦੀਆਂ ਨੇ ਹਰ ਤਰ੍ਹਾਂ ਦੀ ਡਿਸਕ ਪ੍ਰੋਬਲਮ ਦਾ ਇਲਾਜ ਹੈ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਪ੍ਰਗਟ ਸਿੰਘ ਪੁੱਲਰ ਤੇ ਸਵਾਗਤ ਕਰਦੇ ਆਂ ਤੁਹਾਡਾ ਆਪਣੇ YouTube ਤੇ ਇੱਕ ਹੋਰ ਨਵੇਂ ਐਪੀਸੋਡ ਦੇ ਵਿੱਚ ਜਿਹਦੇ ਨਾਲ ਅਸੀਂ ਤੁਹਾਡੇ ਨਾਲ ਸਿਹਤ ਸਬੰਧੀ ਜਾਣਕਾਰੀਆਂ ਸਾਂਝੀਆਂ ਕਰਦੇ ਰਹਿੰਨੇ ਆਂ ਸੋ ਹੁਣ ਸਾਡੀਆਂ ਵੀਡੀਓਜ਼ ਨੂੰ ਤੁਸੀਂ ਸਾਡੇ Facebook ਪੇਜ ਤੇ ਸਾਡੀ ਵੈਬਸਾਈਟ ਤੇ ਵੀ ਦੇਖ ਸਕਦੇ ਹੋ ਤੇ ਅਗਰ ਤੁਹਾਨੂੰ ਸਾਡੀ ਵੀਡੀਓ ਤੋਂ ਕੋਈ ਬੈਨੀਫਿਟ ਹੁੰਦਾ ਹੈ ਤੇ ਸਾਨੂੰ YouTube ਤੇ ਜੁਆਇਨ ਬਟਨ ਪ੍ਰੈਸ ਕਰਕੇ ਸਪੋਰਟ ਤੇ ਲਾਈਕ ਜ਼ਰੂਰ ਕਰਿਆ ਜੀ ਸੋ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਬਾਤ ਰੋਗ ਦੀਆਂ ਦਰਦਾਂ ਦੇ ਇਲਾਜ ਬਾਰੇ ਬਾਤ ਰੋਗ ਕੀ ਹੁੰਦੇ ਨੇ ਇਹ ਜਾਨਣਾ ਸਾਡੇ ਲਈ ਬੇਹਦ ਜ਼ਰੂਰੀ ਹੈ ਤਾਂ ਦੀ ਅਸੀਂ ਸਮਝ ਸਕਦੇ ਹਾਂ ਕਿ ਬਾਤ ਰੋਗ ਦੀਆਂ ਦਰਦਾਂ ਕੀ ਨੇ ਸਾਡੇ ਸਰੀਰ ਦੇ ਵਿੱਚ ਬਾਤ ਰੋਗ ਦਾ ਮਤਲਬ ਜਦੋਂ ਸਾਡੇ ਸਰੀਰ ਦੇ ਵਿੱਚ ਵాయుਦੋਸ਼ 에ਅਰ ਕੰਟੈਂਟ ਬਹੁਤ ਜ਼ਿਆਦਾ ਵੱਜ ਜਾਂਦਾ ਜਿਹਦਾ ਕਿ ਸੁਭਾਅ ਦਰਦ ਦੇਣ ਵਾਲਾ ਖੁਸ਼ਕ ਤੇ ਬਹੁਤ ਜ਼ਿਆਦਾ ਠੰਡਾ ਹੁੰਦਾ ਇਸ ਬਾਤ ਦੋਸ਼ ਦੇ ਵਧਣ ਦੇ ਨਾਲ ਜਿੰਨੀਆਂ ਵੀ ਪ੍ਰੋਬਲਮ ਸਾਨੂੰ ਆਉਂਦੀਆਂ ਨੇ ਉਸ ਨੂੰ ਅਸੀਂ ਬਾਤ ਦੋਸ਼ ਦੀਆਂ ਬਿਮਾਰੀਆਂ ਕਹਿੰਦੇ ਆ ਤੇ ਇਹਨਾਂ ਵਿੱਚੋਂ ਇੱਕ ਬੜੀ ਜ਼ਿਆਦਾ ਕਾਮਨ ਦਿੱਕਤ ਹੈਗੀ ਹੈ ਰੀਡ ਦੀ ਹੱਡੀ ਦੇ ਵਿੱਚ ਕੋਈ ਨਾ ਕੋਈ ਨੁਸਕਾ ਜਾਂ ਸਾਡੇ ਮਣਕਿਆਂ ਦੇ ਵਿੱਚ ਗੈਪ ਜਾਂ ਜੋੜਾਂ ਦੇ ਵਿੱਚ ਦਰਦ ਜਾਂ ਸਾਡੇ ਸਾਈਟ ਕਾ ਪੇਨ ਸਾਈਟ ਕਾ ਪੇਨ ਕੀ ਹੁੰਦੀ ਹੈ ਕਿ ਤੁਹਾਨੂੰ ਕਮਰ ਵੀ ਦਰਦ ਕਰ ਰਹੀ ਹੈ ਤੇ ਨਾਲ ਦੀ ਨਾਲ ਉਹ ਦਰਦ ਤੁਹਾਡੀ ਕਿਸੇ ਲੱਤ ਵਿੱਚ ਵੀ ਜਾ ਰਿਹਾ ਹੈ ਜਾਂ ਸਰਵਾਈਕਲ ਦੀ ਪੇਨ ਸਰਵਾਈਕਲ ਦੀ ਪੇਨ ਗਰਦਨ ਦੇ ਇਸ ਭਾਗ ਤੇ ਜਾਂ ਤੁਹਾਡੀ ਕਿਸੇ ਬਾਹ ਦੇ ਵਿੱਚ ਵੀ ਜਾਂਦੀ ਹੈ ਇਹਨਾਂ ਸਾਰੀਆਂ ਬਿਮਾਰੀਆਂ ਦਾ ਇੱਕੋ ਕਾਮਨ ਤੇ ਸਟੀਕ ਇਲਾਜ ਤੁਹਾਡੇ ਨਾਲ ਸਾਂਝਾ ਕਰਨਾ ਹੈ ਸੋ ਛੋਟੀ ਜੀ ਜਾਣਕਾਰੀ ਤੁਹਾਡੇ ਨਾਲ ਮੈਂ ਸਭ ਤੋਂ ਪਹਿਲਾਂ ਰੀਡ ਦੀ ਹੱਡੀ ਦੇ ਬਾਰੇ ਜਾਣਕਾਰੀ ਸਾਂਝੀ ਕਰਨਾ ਚਾਹਣਾ ਰੀਡ ਦੀ ਹੱਡੀ ਦੀ ਬਦੌਲਤ ਹੀ ਅਸੀਂ ਹਰ ਰੋਜ਼ ਚੱਲਦੇ ਆਂ ਬੈਠਦੇ ਆਂ ਸੌਂਦੇ ਆਂ ਤੁਰਦੇ ਆਂ ਫਿਰਦੇ ਆਂ ਅਗਰ ਸਾਡੀ ਰੀਡ ਦੀ ਹੱਡੀ ਦੇ ਕਿਸੇ ਮਣਕੇ ਵਿੱਚ 1mm ਦਾ ਵੀ ਫਰਕ ਆ ਜਾਵੇ ਡਿਸਪਲੇਸਮੈਂਟ ਆ ਜਾਵੇ ਜਾਂ ਉਹਦੇ ਵਿੱਚ ਗੈਪ ਘਟ ਜਾਵੇ ਤਾਂ ਉਸ ਮਣਕੇ ਦੇ ਨਾਲ ਜੋ ਉਥੋਂ ਨਰਵ ਸਿਸਟਮ ਦੀ ਇੱਕ ਵੀਨਸ ਨਿਕਲਦੀ ਆ ਉਹ ਪ੍ਰੈਸ ਹੋ ਜਾਂਦੀ ਹੈ ਤੇ ਉਸ ਵੀਨਸ ਦੇ ਪ੍ਰੈਸ ਹੋਣ ਦੇ ਨਾਲ ਜਿਹੜੀ ਸਾਨੂੰ ਤਕਲੀਫ ਆਉਂਦੀ ਹੈ ਉਸ ਨੂੰ ਬਿਆਨ ਕਰਨਾ ਬੇਹੱਦ ਮੁਸ਼ਕਲ ਹੈ ਤੁਸੀਂ ਅਕਸਰ ਹੀ ਦੇਖਿਆ ਹੋਊਗਾ ਕਿ ਸਾਡੇ ਸਰਵਾਈਕਲ ਹੁੰਦਾ ਪਰ ਨਾਲ ਦੀ ਨਾਲ ਸਾਡੇ ਡੋਲੇ ਦੇ ਵਿੱਚ ਦਰਦ ਜਾ ਰਿਹਾ ਜਾਂ ਸਾਡਾ ਗੁੱਟ ਦਰਦ ਕਰ ਰਿਹਾ ਜਾਂ ਸਾਡੇ ਮੋਢੇ ਪੀੜ ਕਰਦੇ ਪਏ ਨੇ ਅਸੀਂ ਮਾਲਸ਼ਾ ਕਰਦੇ ਹਾਂ ਪਰ ਸਾਡੇ ਮੋਢਿਆਂ ਨੂੰ ਆਰਾਮ ਨਹੀਂ ਆਉਂਦਾ ਤੇ ਸਸੀਂ ਐਟ ਲੀਸਟ ਇਹਨਾਂ ਨੂੰ ਠੀਕ ਕਰਨ ਦੇ ਲਈ ਕੀ ਕਰਦੇ ਹਾਂ ਜਾਂ ਤਾਂ ਡਿਕਲੋ ਵਰਗੀਆਂ ਪੇਨ ਕਿਲਰ ਗੋਲੀਆਂ ਦਾ ਇਸਤੇਮਾਲ ਕਰ ਲਿਆ ਜਾਂ ਮੂ ਵਰਗੀਆਂ ਪੇਨ ਕਿਲਰ ਬਾਮ ਦਾ ਇਸਤੇਮਾਲ ਕਰ ਲਿਆ ਜਦੋਂ ਹੀ ਇਹਨਾਂ ਦਾ ਅਸਰ ਖਤਮ ਹੋਇਆ ਨਾਲ ਦੀ ਨਾਲ ਪੇਨ ਫੇਰ ਸ਼ੁਰੂ ਇਹ ਬਾਤ ਦੀ ਵਜ੍ਹਾ ਕਰਕੇ ਜਿਹੜੀ ਸਾਡੀ ਰੀੜ ਦੀ ਹੱਡੀ ਦੇ ਕਿਸੇ ਮਣਕੇ ਵਿੱਚ ਵੀ ਜਦੋਂ ਗੈਪ ਘਟ ਜਾਂਦਾ ਉਹਦੀ ਰਬੜ ਜੁੜੀ ਇਹਦੀ ਸਪੰਜ ਹੁੰਦੀ ਆ ਖੁਸ਼ਕ ਹੋ ਕੇ ਉਹਦੇ ਵਿੱਚ ਗੈਪ ਘਟ ਜਾਂਦਾ ਨਾ ਤਾਂ ਉਸ ਗੈਪ ਦੇ ਘਟਣ ਨਾਲ ਨਰਵਸ ਵੀ ਪ੍ਰੈਸ ਹੋ ਜਾਂਦੀਆਂ ਨੇ ਤੇ ਫੇਰ ਸਾਨੂੰ ਇਹ ਪੀੜਾਂ ਦਾ ਅਹਿਸਾਸ ਹੁੰਦਾ ਹੈ ਅਗਰ C1 ਤੋਂ ਲੈ ਕੇ C8 ਤੱਕ ਦੇ ਮਣਕਿਆਂ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਗੈਪ ਜਾਂ ਡਿਸਪਲੇਸਮੈਂਟ ਆਏਗੀ ਤਾਂ ਸਾਡੇ ਮੋਢਿਆਂ ਦੇ ਵਿੱਚ ਸਾਡੇ ਅਰਕਾਂ ਦੇ ਵਿੱਚ ਸਾਡੇ ਗੁੱਟਾਂ ਦੇ ਵਿੱਚ ਜਾਂ ਸਾਡੀ ਕੋਈ ਨਾ ਕੋਈ ਉਂਗਲੀ ਸੌਣ ਦੀ ਸ਼ਿਕਾਇਤ ਸਾਨੂੰ ਵੇਖਣ ਨੂੰ ਮਿਲਦੀ ਹੈ ਅਗਰ ਸਾਨੂੰ L1 ਤੋਂ ਲੈ ਕੇ S1 ਦੇ ਮਣਕਿਆਂ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਡਿਸਪਲੇਸਮੈਂਟ ਜਾਂ ਕਿਸੇ ਨਾ ਕਿਸੇ ਤਰ੍ਹਾਂ ਦੇ ਗੈਪ ਦੀ ਦਿੱਕਤ ਆਉਂਦੀ ਹੈ ਸਾਡੀ ਕਮਰ ਦਰਦ ਹੋਣਾ ਸਾਡੇ ਲੱਤਾਂ ਦੇ ਵਿੱਚ ਦਰਦ ਜਾਣਾ ਜਾਂ ਸੱਜੀ ਲੱਤ ਦੇ ਵਿੱਚ ਦਰਦ ਜਾਣਾ ਜਾਂ ਖੱਬੀ ਲੱਤ ਦੇ ਵਿੱਚ ਦਰਦ ਜਾਣਾ ਜਾਂ ਪੈਰਾਂ ਦੀਆਂ ਉਂਗਲਾਂ ਦਾ ਦਰਦ ਕਰਨਾ ਜਾਂ ਪੈਰਾਂ ਦੀਆਂ ਉਂਗਲਾਂ ਦਾ ਸੋਣਾ ਜਾਂ ਸੁੰਨ ਹੋਣਾ ਇਹ ਦਿੱਕਤਾਂ ਸਾਨੂੰ ਆਉਂਦੀਆਂ ਨੇ ਸੋ ਇਸੇ ਤਰ੍ਹਾਂ ਬਾਕੀ ਦੇ ਮਣਕਿਆਂ ਦੇ ਵੀ ਦਬਣ ਦੇ ਨਾਲ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਨੇ ਜਿੰਨੂੰ ਅਸੀਂ ਪੇਨ ਕਿਲਰ ਦੇ ਨਾਲ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਹ ਇੱਕ ਬਹੁਤ ਹੀ ਗਲਤ ਤੇ ਖਤਰਨਾਕ ਖਤਰਨਾਕ ਪ੍ਰੋਸੈਸ ਹੈ ਕਿਉਂਕਿ ਅਗਰ ਤੁਸੀਂ ਪੇਨ ਕਿਲਰ ਦਵਾਈਆਂ ਦਾ ਲੋੜ ਤੋਂ ਜ਼ਿਆਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੀਆਂ ਕਿਡਨੀਜ਼ ਨੂੰ ਡੈਮੇਜ ਕਰ ਦਿੰਦੀਆਂ ਤੇ ਤੁਹਾਨੂੰ ਡਾਇਲਿਸਿਸ ਕਰਾਉਣ ਦੇ ਲਈ ਮਜਬੂਰ ਕਰ ਦਿੰਦੀਆਂ ਨੇ ਸੋ ਪਰ ਆਯੁਰਵੇਦ ਦੇ ਵਿੱਚ ਇਹਨਾਂ ਵਾਤ ਦੇ ਰੋਗਾਂ ਨੂੰ ਵਾਤ ਦੇ ਦੋਸ਼ਾਂ ਨੂੰ ਠੀਕ ਕਰਨ ਦੇ ਲਈ ਬਹੁਤ ਵਧੀਆ ਇਲਾਜ ਨੇ ਉਹਨਾਂ ਇਲਾਜਾਂ ਦੇ ਵਿੱਚੋਂ ਇੱਕ ਇਲਾਜ ਤੁਹਾਡਾ ਮੈਂ ਤੁਹਾਡੇ ਨਾਲ ਮੈਂ ਸਾਂਝਾ ਕਰਨਾ ਹੈ ਅਗਰ ਤੁਸੀਂ ਇਸ ਦਾ ਇਸਤੇਮਾਲ ਸਰਦੀਆਂ ਦੇ ਵਿੱਚ ਹੀ ਸਿਰਫ ਇਹਦਾ ਇਸਤੇਮਾਲ ਕਰਨਾ ਹੈ ਅਗਰ ਤੁਸੀਂ ਇਹਦਾ ਇਸਤੇਮਾਲ ਲਗਾਤਾਰ 20 ਦਿਨ ਕਰ ਲੈਣੇ ਇੱਕ ਸਾਲ ਦੇ ਵਿੱਚ ਇੱਕ ਵਾਰੀ ਤਾਂ ਜ਼ਿੰਦਗੀ 'ਚ ਤੁਹਾਨੂੰ ਬਾਤਦੋਸ਼ ਦੀਆਂ ਦਰਦਾਂ ਦਾ ਅਹਿਸਾਸ ਨਹੀਂ ਹੋਏਗਾ ਕਦੀ ਬਾਤਦੋਸ਼ ਦੀਆਂ ਦਰਦਾਂ ਤੁਹਾਨੂੰ ਤੰਗ ਨਹੀਂ ਕਰਨਗੀਆਂ ਇਹ ਬਹੁਤ ਕਾਰਗਰ ਚੀਜ਼ ਹੈ ਇਸ ਨੂੰ ਘਰ ਦੇ ਵਿੱਚ ਬਣਾਓ ਚਾਹੇ ਤੁਸੀਂ ਛੋਟੇ ਬੱਚੇ ਨੂੰ ਦੇ ਦਿਓ ਚਾਹੇ ਤੁਸੀਂ ਨੌਜਵਾਨ ਨੂੰ ਅਕਸ਼ਰ ਹੀ ਤੁਸੀਂ ਔਰਤਾਂ ਦੇ ਵਿੱਚ ਇਹ ਦਿੱਕਤ ਦੇਖਦੇ ਹੋ ਕਿਉਂਕਿ ਉਹ ਠੰਡੇ ਮੌਸਮ ਦੇ ਵਿੱਚ ਠੰਡੇ ਪਾਣੀ ਦੇ ਵਿੱਚ ਜਿਆਦਾ ਕੰਮ ਕਰਦੀਆਂ ਨੇ ਠੰਡੇ এনवायरमेंट ਦੇ ਵਿੱਚ ਜਿਆਦਾ ਕੰਮ ਕਰਦੀਆਂ ਨੇ ਤੇ ਉਹਨਾਂ ਨੂੰ ਗੋਡਿਆਂ ਗਿੱਟਿਆਂ ਦੇ ਵਿੱਚ ਕੜਕ ਕੜਕ ਦੀ ਦਰਦਾਂ ਦੀ ਆਵਾਜ਼ ਡਿਸਕ ਡਿਸਪਲੇਸਮੈਂਟ ਦੀ ਸਰਵਾਈਕਲ ਦੀ ਪ੍ਰੋਬਲਮ ਸਭ ਤੋਂ ਜਿਆਦਾ ਆਉਂਦੀ ਹੈ ਕਿਉਂਕਿ ਉਹ ਕੰਮ ਹੀ ਠੰਡੇ এনवायरमेंट ਦੇ ਵਿੱਚ ਕਰਨਾ ਪੈਂਦਾ ਉਹਨਾਂ ਨੂੰ ਸੋ ਚਾਹੇ ਤੁਸੀਂ ਬਜ਼ੁਰਗ ਨੂੰ ਦਿਓ ਚਾਹੇ ਤੁਸੀਂ ਨੌਜਵਾਨ ਵਿਅਕਤੀ ਨੂੰ ਦਿਓ ਇਹ ਹਰ ਬੰਦੇ ਦਾ ਇਲਾਜ ਕਰਦੀ ਹੈ ਤੇ ਨਾ ਹੀ ਕੋਈ ਇਹਦਾ ਸਾਈਡ ਇਫੈਕਟ ਹੈ ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਦਵਾਈ ਨੂੰ ਬਣਾਉਣ ਦੇ ਲਈ ਕਿੰਨਾ ਚੀਜ਼ਾਂ ਦੀ ਲੋੜ ਹੈ ਸਾਨੂੰ ਕਿਸ ਤਰ੍ਹਾਂ ਅਸੀਂ ਇਸ ਨੂੰ ਬਣਾਉਣਾ ਹੈ ਕਿਸ ਤਰ੍ਹਾਂ ਅਸੀਂ ਇਸ ਦਾ ਇਸਤੇਮਾਲ ਕਰਨਾ ਹੈ ਤੇ ਕੀ ਕੀ ਇਹਦੇ ਪਰਹੇਜ਼ ਨੇ ਹੁਣ ਆਪਾਂ ਇਸ ਭਾਗ ਦੇ ਵਿੱਚ ਗੱਲ ਕਰਦੇ ਹਾਂ ਕਿ ਆਪਾਂ ਇਸ ਚੂਰ ਨੂੰ ਇਸ ਦਵਾਈ ਨੂੰ ਬਣਾਉਣ ਦੇ ਲਈ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਇਸਤੇਮਾਲ ਕਰਨਾ ਹੈ ਤੇ ਕਿੰਨੀ ਮਾਤਰਾ ਦੇ ਵਿੱਚ ਲੈਣੀਆਂ ਨੇ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਸਾਲਮ ਪੰਜੇ ਦੀ ਸਾਲਮ ਪੰਜਾ ਅਸੀਂ ਲੈਣਾ ਜੀ 25 ਗ੍ਰਾਮ ਹਿਮਾਲਿਆ ਦੀਆਂ ਪਹਾੜੀਆਂ ਦੇ ਵਿੱਚ ਉਚਾਈ ਤੇ ਪਾਕਿਸਤਾਨ ਤੋਂ ਲੈ ਕੇ ਤਿੱਬਤ ਤੱਕ ਇਸ ਜੜੀ ਬੂਟੀ ਦੇ ਉੱਗਣ ਦੀ ਜਗ੍ਹਾ ਤੇ ਜਿੰਨੀਆਂ ਵੀ ਕਮਜ਼ੋਰੀ ਵਾਲੀਆਂ ਲਾਮਤਾਂ ਨੇ ਬਿਮਾਰੀਆਂ ਨੇ ਉਹਨਾਂ ਬਿਮਾਰੀਆਂ ਨੂੰ ਠੀਕ ਕਰਨ ਦੇ ਲਈ ਸਾਲਮ ਪੰਜੇ ਦਾ ਇਸਤੇਮਾਲ ਕੀਤਾ ਜਾਂਦਾ ਹੈ ਮੈਂ ਸਾਲਮ ਚੀਜ਼ਾਂ ਐਸ ਲਈ ਤੁਹਾਨੂੰ ਦਿਖਾ ਰਿਹਾ ਤਾਂ ਕਿ ਜਦੋਂ ਤੁਸੀਂ ਪੰਸਾਰੀ ਤੋਂ ਖਰੀਦਣੀਆਂ ਨੇ ਤਾਂ ਤੁਹਾਨੂੰ ਪਤਾ ਲੱਗ ਜਾਵੇ ਕਿ ਅਸਲ ਦੇ ਵਿੱਚ ਇਹ ਕਿੱਦਾਂ ਦੀਆਂ ਦੇਸਤੀਆਂ ਨੇ ਸੋ 25 ਗ੍ਰਾਮ ਅਸੀਂ ਸਾਲਮ ਪੰਜਾ ਲੈਣਾ ਐਂਡ ਪਲੱਸ ਇਹ ਬਾਤ ਦੇ ਰੋਗਾਂ ਨੂੰ ਠੀਕ ਕਰਨ ਦੇ ਲਈ ਬਹੁਤ ਵਧੀਆ ਔਸ਼ਦੀ ਹੈ ਐਂਡ ਨਾਲ ਦੀ ਨਾਲ ਇਹਦੇ ਵਿੱਚ ਕੈਲਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਇਵਨ ਕਿ ਤੁਸੀਂ ਇਹ ਕਹਿ ਸਕਦੇ ਹੋ ਕਿ ਦੁਨੀਆ ਦੇ ਵਿੱਚ ਮੌਜੂਦ ਹਰ ਔਸ਼ਦੀ ਦੇ ਨਾਲੋਂ ਸਭ ਤੋਂ ਜ਼ਿਆਦਾ ਕੈਲਸ਼ੀਅਮ ਦੀ ਮਾਤਰਾ ਸਾਲਮ ਪੰਜੇ ਦੇ ਵਿੱਚ ਹੁੰਦੀ ਹੈ ਤੇ ਦੂਸਰਾ ਅਸੀਂ ਲੈਣਾ ਜੀ ਪ ਪਿਪਲ ਨੂੰ ਲੱਗਣ ਵਾਲੀ ਗੂੰਦ ਨੂੰ ਪਿਪਲਾ ਲਖ ਕਹਿੰਦੇ ਨੇ ਤੇ ਇਹਦਾ ਇਸਤੇਮਾਲ ਵੀ ਸਰੀਰ ਦੇ ਵਿੱਚ ਆਈ ਹੋਈ ਕਮਜ਼ੋਰੀ ਜਾਂ ਸਰੀਰ ਦੇ ਵਿੱਚ ਵਧੇ ਹੋਏ ਬਾਤ ਦੋਸ਼ ਨੂੰ ਠੀਕ ਕਰਨ ਦੇ ਲਈ ਕੀਤਾ ਜਾਂਦਾ ਹੈ ਇਹ ਵੀ ਅਸੀਂ 25 ਗ੍ਰਾਮ ਲੈਣੀ ਹੈ ਉਸ ਤੋਂ ਅੱਗੇ ਅਸੀਂ ਲੈਣਾ ਜੀ ਅਸ਼ਵਗੰਧਾ ਜਿੰਨੂੰ ਕਿ ਅਸੀਂ ਅਕਸਰ ਵੀ ਬੋਲਦੇ ਆ ਇਹ ਵੀ ਅਸੀਂ 25 ਗ੍ਰਾਮ ਲੈਣਾ ਹੈ ਅਕਸਰ ਇਹਦੀਆਂ ਜੜ੍ਹਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਵੈਸੇ ਪੰਜਾਂਗ ਚੂਰਨ ਵੀ ਮਿਲ ਜਾਂਦਾ ਅਸ਼ਵਗੰਦੇ ਦਾ ਤੁਸੀਂ ਉਹਦਾ ਵੀ ਇਸਤੇਮਾਲ ਕਰ ਸਕਦੇ ਹੋ ਇਹ ਔਸ਼ਧੀ ਤਾਂ ਚੀਨ ਦੇ ਵਿੱਚ ਇੱਕ ਔਸ਼ਧੀ ਹੈ ਜਿੰਗਸਿੰਗ ਉਹਦੇ ਬਰਾਬਰ ਮੰਨੀ ਜਾਂਦੀ ਹੈ ਸੁਣਿਆ ਜਾਂਦਾ ਜਾਂ ਕਿਹਾ ਜਾਂਦਾ ਕਿ ਜਿੰਨੀਆਂ ਦਵਾਈਆਂ ਦੇ ਵਿੱਚ ਜਿੰਗਸਿੰਗ ਤੇ ਅਸ਼ਵਗੰਦੇ ਦਾ ਇਸਤੇਮਾਲ ਹੁੰਦਾ ਹੈ ਸ਼ਾਇਦ ਹੀ ਦੁਨੀਆ ਦੀ ਕੋਈ ਐਸੀ ਦਵਾਈ ਹੋਵੇ ਜਿਹਦਾ ਇਸਤੇਮਾਲ ਇਹਨਾਂ ਦੋ ਦਵਾਈਆਂ ਦੇ ਬਰਾਬਰ ਜਾਂ ਇਹਨਾਂ ਦੋ ਦਵਾਈਆਂ ਦੇ ਮਤਾਬਕ ਕੀਤਾ ਜਾ ਸਕਦਾ ਜਾਂ ਇਹਨਾਂ ਦੋ ਦਵਾਈਆਂ ਜਿੰਨਾ ਕੀਤਾ ਜਾ ਸਕਦਾ ਸੋ ਉਸ ਤੋਂ ਅੱਗੇ ਅਸੀਂ ਇਸਤੇਮਾਲ ਕਰਨੀ ਹੈ ਜੀ ਸਫੇਦ ਮੁਸਲੀ ਇਹ ਵੀ ਅਸੀਂ 25 ਗ੍ਰਾਮ ਹੀ ਲੈਣੀ ਹੈ ਸਫੇਦ ਮੁਸਲੀ ਵੀ ਮੁਸਲੀ ਦੀਆਂ ਜੜ੍ਹਾਂ ਹੁੰਦੀਆਂ ਨੇ ਤੇ ਇਹਦਾ ਇਸਤੇਮਾਲ ਵੀ ਸਰੀਰ ਦੇ ਵਿੱਚ ਕਮਜ਼ੋਰੀ ਤੇ ਪਲੱਸ ਜਿਹੜੀਆਂ ਦਰਦਾਂ ਸਾਡੇ ਸਰੀਰ ਦੇ ਵਿੱਚ ਆਉਂਦੀਆਂ ਨੇ ਜਾਂ ਬਾਦਦੋਸ਼ ਦੀ ਵਜ੍ਹਾ ਕਰਕੇ ਤੁਹਾਡੇ ਸਰੀਰ ਦੇ ਵਿੱਚ ਦਿੱਕਤਾਂ ਆਉਂਦੀਆਂ ਨੇ ਉਹਨਾਂ ਨੂੰ ਠੀਕ ਕਰਨ ਦੇ ਲਈ ਕੀਤਾ ਜਾਂਦਾ ਸੋ ਇਹਨੂੰ ਜਦੋਂ ਅਸੀਂ ਚੂਰ ਨੂੰ ਤਿਆਰ ਕਰ ਲਿਆ ਉਸ ਨੂੰ ਖਾਣਾ ਕਿਸ ਤਰ੍ਹਾਂ ਅਸੀਂ ਇਹਦੇ ਲਈ ਦੇਸੀ ਘਿਓ ਲੈਣਾ ਜੀ ਪਿਓਰ ਦੁੱਸੀ ਘਿਓ ਇਹਦਾ ਅਸੀਂ ਇੱਕ ਚਮਚ ਲੈਣਾ ਇੱਕ ਚਮਚ ਅਸੀਂ ਪੂਰੀ ਦਵਾਈ ਦਾ ਲਵਾਂਗੇ ਸੌਰੀ ਅੱਧਾ ਚਮਚ ਅਸੀਂ ਪੂਰੀ ਦਵਾਈ ਦਾ ਲਵਾਂਗੇ ਤੇ ਇੱਕ ਚਮਚ ਅਸੀਂ ਘਿਓ ਦਾ ਲਵਾਂਗੇ ਉਹ ਨੈਕਸਟ ਪਾਰਟ ਦੇ ਵਿੱਚ ਤੁਹਾਨੂੰ ਮੈਂ ਐਕਸਪਲੇਨ ਕਰ ਦਊਗਾ ਤੇ ਲਾਸਟ ਦੇ ਵਿੱਚ ਅਸੀਂ ਲੈਣਾ ਕਿਸ ਚੀਜ਼ ਦੇ ਨਾਲ ਇੱਕ ਗ੍ਰਾਮ ਇੱਕ ਗਲਾਸ ਗਰਮ ਦੁੱਧ ਦੇ ਨਾਲ ਤੇ ਦੁੱਧ ਦੇ ਵਿੱਚ ਤੁਸੀਂ ਆਪਦੀ ਸਹੂਲਤ ਦੇ ਮਤਾਬਕ ਜਾਂ ਤਾਂ ਮਿਸ਼ਰੀ ਪਾ ਸਕਦੇ ਹੋ ਜਾਂ ਸ਼ਹਿਦ ਪਾ ਸਕਦੇ ਹੋ ਵੈਸੇ ਤੁਸੀਂ ਫਿੱਕਾ ਦੁੱਧ ਵੀ ਲੈ ਸਕਦੇ ਆ ਸੋ ਹੁਣ ਆਪਾਂ ਗੱਲ ਕਰਾਂਗੇ ਨੈਕਸਟ ਭਾਗ ਦੇ ਵਿੱਚ ਕਿ ਆਪਾਂ ਇਸ ਨੂੰ ਤਿਆਰ ਕਿਦਾਂ ਕਰਨਾ ਹੈ ਤੇ ਇਹਦਾ ਇਸਤੇਮਾਲ ਕਿਵੇਂ ਕਰਨਾ ਤੇ ਇਹਦੇ ਇਸਤੇਮਾਲ ਕਰਨ ਦੇ ਪਰਹੇਜ ਕੀ ਨੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਕਿ ਆਪਾਂ ਇਸ ਨੂੰ ਬਣਾਉਣਾ ਕਿੱਦਾਂ ਇਸਤੇਮਾਲ ਕਿਵੇਂ ਕਰਨਾ ਤੇ ਪਰਹੇਜ ਕੀ ਨੇ ਤੇ ਦਿਨ ਦੇ ਕਿਹੜੇ ਸਮੇਂ ਤੇ ਇਸਤੇਮਾਲ ਕਰਨਾ ਜਿੰਨੀਆਂ ਵੀ ਅਸੀਂ ਚੀਜ਼ਾਂ ਲੈਣੀਆਂ ਸਾਲਮ ਪੰਜਾ ਪਿਪਲਾ ਲਾਖ ਅਸ਼ਵਗੰਧਾ ਤੇ ਸਫੇਦ ਮੂਸਲੀ ਇਹ ਸਾਰੀਆਂ 25-25 ਗ੍ਰਾਮ ਲੈਣੀਆਂ ਤੇ ਇਹਨਾਂ ਨੂੰ ਜਾਂ ਤੇ ਤੁਸੀਂ ਕਿਸੇ ਮਿਕਸੀ ਦੀ ਮਦਦ ਦੇ ਨਾਲ ਉਹਨਾਂ ਦਾ ਚੂਰਾ ਬਣਾ ਲਓ ਪਾਊਡਰ ਬਣਾ ਲਓ ਚੂਰਨ ਬਣਾ ਲਓ ਤੇ ਜਾਂ ਫਿਰ ਦੌਰੀ ਡੰਡੇ ਦੇ ਵਿੱਚ ਤੁਸੀਂ ਇਹਨੂੰ ਕੁੱਟ ਕੇ ਪੀਠ ਕੇ ਪਾਊਡਰ ਬਣਾ ਲਓ ਇਹ ਪੂਰੀਆਂ 25-25 ਗ੍ਰਾਮ ਚੀਜ਼ਾਂ 100 ਗ੍ਰਾਮ ਇੱਕ ਚੂਰ ਤੇ ਇਹ 20 ਦਿਨਾਂ ਦੀ ਖਰਾਕ ਹੈ ਤੇ ਜੇ ਇਹਦੇ استعمال ਦੀ ਗੱਲ ਕਰੀਏ ਤਾਂ ਡੇਲੀ ਤੁਸੀਂ 5 ਗ੍ਰਾਮ ਤੁਸੀਂ ਇਹਦਾ ਚੂਰਨ ਲੈਣਾ ਜਾਂ ਅੱਧਾ ਚਮਚ ਚੂਰਨ ਲੈਣਾ ਉਹਨੂੰ ਇੱਕ ਕੌਲੀ ਦੇ ਵਿੱਚ ਪਾ ਲੈਣਾ ਉਸ ਤੋਂ ਬਾਅਦ ਇੱਕ ਚਮਚ ਪੂਰਾ ਤੁਸੀਂ ਦੇਸੀ ਘਿਓ ਦਾ ਲੈਣਾ ਇਹਨਾਂ ਦੋਹਾਂ ਚੀਜ਼ਾਂ ਨੂੰ ਤੁਸੀਂ ਚੰਗੀ ਤਰ੍ਹਾਂ ਰਲਾ ਲੈਣਾ ਇਸ ਤਰ੍ਹਾਂ ਨਾਲ ਇੱਕ ਪੇਸਟ ਬਣ ਜਾਏਗਾ ਖਾਨ ਦੇ ਵਿੱਚ ਕੋਈ ਖਾਸ ਦਿੱਕਤ ਨਹੀਂ ਆਉਂਦੀ ਕੋਈ ਐਡਾ ਮਾੜੀ ਚੀਜ਼ ਨਹੀਂ ਹੈਗੀ ਜੇ ਤੁਹਾਨੂੰ ਇਹ ਬਹੁਤ ਫਿੱਕਾ ਲੱਗੇ ਤਾਂ ਥੋੜੀ ਜਿਹਾ ਤੁਸੀਂ ਇਹਦੇ ਵਿੱਚ ਸ਼ਹਿਦ ਜਾਂ ਮਿਸ਼ਰੀ ਮਿਲਾ ਸਕਦੇ ਹੋ ਤੇ ਇਸ ਤੋਂ ਬਾਅਦ ਅਸੀਂ ਜਾਂ ਤਾਂ ਸਹੂਲਤ ਦੇ ਮੁਤਾਬਕ ਇਹਦੇ ਵਿੱਚ ਗਰਮ ਦੁੱਧ ਮਿਲਾ ਲੈਣਾ ਤੇ ਨਹੀਂ ਤਾਂ ਅਸੀਂ ਇੱਕ ਗਲਾਸ ਗਰਮ ਦੁੱਧ ਦੇ ਨਾਲ ਰਾਤ ਨੂੰ ਅਸੀਂ ਇਹਦਾ ਸੇਵਨ ਕਰਨਾ ਹੈ ਸਪੈਸ਼ਲੀ ਇਹਦਾ ਸੇਵਨ ਕਰਨ ਲੱਗੇ ਹੈ ਇੱਕ ਚੀਜ਼ ਜੋ ਅਸੀਂ ਖਿਆਲ ਦੇ ਵਿੱਚ ਇਹ ਰੱਖਣੀ ਹੈ ਕਿ ਜਿਸ ਦਿਨ ਅਸੀਂ ਇਹਦਾ ਇਸਤੇਮਾਲ ਕਰਨਾ ਹੈ ਉਸ ਦਿਨ ਅਸੀਂ ਰਾਤ ਦੀ ਖਰਾਕ ਅੱਧੀ ਖਾਣੀ ਹੈ ਜੇ ਤੁਸੀਂ ਦੋ ਰੋਟੀਆਂ ਖਾਣੇ ਹੋ ਤੇ ਇੱਕ ਖਾਣੀ ਹੈ ਚਾਰ ਖਾਣੇ ਹੋ ਤੇ ਦੋ ਖਾਣੀਆਂ ਮਤਲਬ ਕਿ ਰਾਤ ਦਾ ਭੋਜਨ ਅੱਧਾ ਕਰਨਾ ਹੈ ਤੇ ਜੇ ਆਪਾਂ ਪਰਹੇਜ਼ ਦੀ ਗੱਲ ਕਰੀਏ ਪਰਹੇਜ਼ ਦੇ ਵਿੱਚ ਇਹ ਚੀਜ਼ ਬਹੁਤ ਖਾਸ ਹੈ ਕਿ ਜਿੰਨੇ ਵੀ ਵਾਈ ਕਾਰਕ ਭੋਜਨ ਨੇ ਦਾਲਾਂ ਡਰਾਈ ਫਰੂਟ ਚਾਹ ਕੌਫੀ ਠੰਡਾ ਪਾਣੀ ਕੋਲਡ ਡਰਿੰਕ ਇਹ ਸਾਰੀਆਂ ਚੀਜ਼ਾਂ ਤੁਸੀਂ ਅਵਾਇਡ ਕਰਨੀਆਂ ਨੇ ਨਹੀਂ ਖਾਣੀਆਂ ਜਿੰਨਾ ਚਿਰ ਤੁਸੀਂ ਇਹਦਾ ਲਗਾਤਾਰ 20 ਦਿਨ ਇਸਤੇਮਾਲ ਕਰਨਾ ਹੈ ਤੇ ਸਪੈਸ਼ਲੀ ਜੋ ਇਹਦਾ ਪਰਹੇਜ਼ ਰੱਖਣਾ ਹੈ ਕਿ ਜਿਸ ਦਿਨ ਤੁਸੀਂ ਇਹਨੂੰ ਲੈ ਰਹੇ ਹੋ ਉਸ ਦਿਨ ਤਾਂ ਸਪੈਸ਼ਲੀ ਤੁਸੀਂ ਰਾਤ ਨੂੰ ਕੋਈ ਵੀ ਠੰਡੀ ਤਸਵੀਰ ਵਾਲੀ ਚੀਜ਼ ਨਹੀਂ ਖਾਣੀ ਤੇ ਨਾ ਹੀ ਰਾਤ ਨੂੰ ਤੁਸੀਂ ਟੈਲਣਾ ਲਗਾਤਾਰ 20 ਦਿਨ استعمال ਕਰੋ ਜਿੰਨੀਆਂ ਵੀ ਤੁਹਾਡੀ ਰੀੜ ਦੀ ਹੱਡੀ ਦੀਆਂ ਦਿੱਕਤਾਂ ਨੇ ਜਿੰਨੀਆਂ ਵੀ ਤੁਹਾਡੇ ਜੋੜਾਂ ਦੀਆਂ ਪ੍ਰੋਬਲਮ ਨੇ ਜਿਹੜੇ ਵੀ ਜੋੜ ਦੇ ਵਿੱਚ ਦਰਦ ਹੋ ਰਿਹਾ ਜਾਂ ਸਪਾਇਨਲ ਕੋਰਡ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਹੈ ਨਰਵ ਸਿਸਟਮ ਦੇ ਵਿੱਚ ਪ੍ਰੋਬਲਮ ਹੈ ਤੁਹਾਨੂੰ ਸਾਈਟਿਕਾ ਪੇਨ ਹੈ ਡਿਸਕ ਡਿਸਪਲੇਸਮੈਂਟ ਹੈ ਡਿਸਕ ਦੀ ਪੇਨ ਹੈ ਸਰਵਾਈਕਲ ਪੇਨ ਹੈ ਕੋਈ ਲੱਤ ਬਾਹਂ ਦੁਖ ਰਹੀ ਹੈ ਸਰਵਾਈਕਲ ਦੀ ਵਜ੍ਹਾ ਕਰਕੇ ਜਾਂ ਡਿਸਕ ਡਿਸਪਲੇਸਮੈਂਟ ਦੀ ਵਜ੍ਹਾ ਕਰਕੇ ਸਾਰੀਆਂ ਬਿਮਾਰੀਆਂ ਦਾ ਇਹ ਹੱਲ ਕਰੇਗਾ ਤੇ ਸਿਰਫ 20 ਦਿ ਇਹ ਚੀਜ਼ ਦਾ ਇਸਤੇਮਾਲ ਅਸੀਂ ਸਿਰਫ ਸਰਦੀਆਂ ਦੇ ਵਿੱਚ ਕਰ ਸਕਦੇ ਹਾਂ ਗਰਮੀਆਂ ਦੇ ਵਿੱਚ ਅਸੀਂ ਇਸ ਚੀਜ਼ ਦਾ ਅਗਰ ਅਸੀਂ ਇਸਤੇਮਾਲ ਕਰਨਾ ਤਾਂ ਉਹ ਪੇਸ਼ੈਂਟ ਬਿਲਕੁਲ ਇਸਤੇਮਾਲ ਨਾ ਕਰਨ ਜਿਨ੍ਹਾਂ ਦਾ ਬੀਪੀ ਹਾਈ ਹੁੰਦਾ ਗਰਮੀਆਂ ਦੇ ਵਿੱਚ ਸਰਦੀਆਂ ਦੇ ਵਿੱਚ ਇਹ ਵੈਸੇ ਬੀਪੀ ਨਹੀਂ ਰਾਈਜ਼ ਕਰਦਾ ਪਰ ਗਰਮੀਆਂ ਦੇ ਵਿੱਚ ਕਿਉਂਕਿ ਸਾਡੇ ਕੋਲੇ ਗਰਮ ਦੁੱਧ ਨਾਲ ਅਸੀਂ ਇਸ ਨੂੰ ਲੈਣਾ ਹੈ ਤਾਂ ਬੀਪੀ ਵੱਧ ਸਕਦਾ ਸਿਰਫ ਇਹੀ ਇਹਦੇ ਪਰਹੇਜ਼ ਨੇ ਇਹੀ ਇਹਦੇ ਇਸਤੇਮਾਲ ਕਰਨ ਦਾ ਤਰੀਕਾ ਤੇ ਬਣਾਉਣ ਦਾ ਤਰੀਕਾ ਸੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਬੇਹਦ ਪਸੰਦ ਆਈ ਹੋਊਗੀ ਜੇ ਤੁਹਾਡੇ ਵੀਡੀਓ ਲਾਈਕ ਨਹੀਂ ਜਾਜ ਯੋਗ ਨਹੀਂ ਜਾ ਤੁਸੀਂ ਇਸ ਵੀਡੀਓ ਦੇ ਅਕੋਰਡਿੰਗਲੀ ਮਰੀਜ਼ ਨਹੀਂ ਹੈਗੇ ਤਦ ਵੀ ਇਸ ਵੀਡੀਓ ਨੂੰ ਭਰავੋ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰਿਓ ਕਈ ਵਾਰੀ ਅਸੀਂ ਕੀ ਕਰਦੇ ਹਾਂ ਕਿ ਵੀਡੀਓ ਸਾਡੇ ਲਈ ਨਹੀਂ ਹੁੰਦੀ ਅਸੀਂ ਦੇਖ ਕੇ ਬੰਦ ਕਰ ਦਿੰਦੇ ਹਾਂ ਪਰ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਿਸੇ ਵਿਅਕਤੀ ਨੂੰ ਉਹਦੀ ਬਿਮਾਰੀ ਦਾ ਇਲਾਜ ਮਿਲ ਸਕਦਾ ਹੈ YouTube Facebook WhatsApp ਤੇ ਫ੍ਰੀ ਆਫ ਕਾਸਟ ਵੀਡੀਓ ਸ਼ੇਅਰ ਹੋ ਜਾਂਦੀਆਂ ਨੇ ਸੋ ਇਹ ਮੇਰੀ ਇੱਕ ਛੋਟੀ ਜੀ ਰਿਕਵੈਸਟ ਹੈ ਕਿ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੀ ਥੈਂਕ ਯੂ ਜੀ